ਜੀ ਪਹਿਲਾਂ ਤਾਂ ਮੈਂ ਜਿਹੜਾ ਸੰਗਰੂਰ ਦੇ ਸਾਡੀ ਜਨਤਾ ਜਿਹਨਾਂ ਲੋਕ ਨੇ ਲੋਕ ਸਭਾ ਦੇ ਉਹਨਾਂ ਦੇ ਵੱਲੋਂ ਦਿੱਤਾ ਹੋਇਆ ਫਤਵਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਸਾਡੇ ਸੰਗਰੂਰ ਹਲਕੇ ਦੇ ਉਹ ਐਮ ਪੀ ਚੁਣੇ ਗਏ ਨੇ ਕਿਉਂਕਿ ਇੱਕ ਬਹੁਤ ਪੁਰਾਣੇ ਰਾਜਨੀਤਿਕ ਬੰਦੇ ਨੇ ਉਹ ਅਤੇ ਬੜੇ ਸੂਝਵਾਨ ਨੇ ਅਤੇ ਉਹਨਾਂ ਨੂੰ ਮੇਰੇ ਤਹਿ ਦਿਲੋਂ ਉਹਨਾਂ ਨੂੰ ਵਧਾਈ ਹੈ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਭਾਰਤੀ ਜਨਤਾ ਪਾਰਟੀ ਦੇ ਸਾਡੇ ਜਿਹੜੇ ਕੈਂਡੀਡੇਟ ਸੀ ਕੇਵਲ ਸਿੰਘ ਢਿੱਲੋਂ ਜੀ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਹੈ, ਇਹਦਾ ਦੁੱਖ ਤਾਂ ਹੁੰਦਾ ਹੀ ਹੈ। ਦੇਖੋ ਮੈਂ ਬੀਜੇਪੀ ਪਾਰਟੀ ਦਾ ਇੱਥੇ ਆਪਣਾ ਇੱਕ ਵਰਕਰ ਹਾਂ, ਕੰਮਕਾਰ ਕਰਦੇ ਹਾਂ ਅਸੀਂ ਪਾਰਟੀ ਦੇ ਸਾਰਾ। ਜਦੋਂ ਕਿਸੇ ਪਾਰਟੀ ਦਾ ਕੋਈ ਵਰਕਰ ਹਾਰ ਜੇ ਜਾਂ ਪਛੜ ਜੇ ਉਹਦਾ ਦੁੱਖ ਤਾਂ ਨਿੱਜੀ ਤੌਰ 'ਤੇ ਹੁੰਦਾ ਹੀ ਹੈ ਨਾ ਜੀ, ਇਸ ਕਰਕੇ ਦੁੱਖ ਤਾਂ ਹੈ। ਮੰਨ ਨਹੀਂ ਤੁਸੀਂ ਇੱਕ ਸਾਈਡ ਕੇਵਲ ਢਿੱਲੋਂ ਜੀ ਕਹਿ ਰਹੇ ਨੇ ਵੀ ਅਸੀਂ ਬਹੁਤ ਖੁਸ਼ ਹਾਂ ਵੀ ਸਾਡੇ 18-1900 ਤਕਰੀਬਨ ਬੂਥ ਲੱਗੇ ਬੀਜੇਪੀ ਦੇ, ਸਾਡੀ ਵੋਟ ਰੇਸ਼ੋ ਵਧੀਆ, ਪਰ ਉਲਟੀ ਸੰਗਰੂਰ ਵਾਲ ਕੇ ਜੋ ਘਟੀਏ ਇਸ ਵਾਰ ਕਿਵੇਂ? ਬਿਲਕੁਲ ਠੀਕ ਹੈ। ਇਹਦੇ 'ਚ ਨਾ ਸਾਡੇ ਦੋ, ਮੈਂ ਜੇ ਗੱਲਾਂ ਕਰਾਂ ਜਿਵੇਂ ਹੁਣ ਪਿੱਛੇ ਵਿਧਾਨ ਸਭਾ ਚੋਣ ਹੋਈ, ਸਾਡੇ ਸੰਗਰੂਰ ਹਲਕੇ ਦੇ ਵਿੱਚੋਂ ਜਦੋਂ ਅਰਵਿੰਦ ਖੰਨਾ ਜੀ ਨੇ ਇੱਥੇ ਇਲੈਕਸ਼ਨ ਲੜੀ ਹੈ, 13,364 ਵੋਟਾਂ ਸਾਨੂੰ ਪਈਆਂ ਸੀ ਬੀਜੇਪੀ। ਹੁਣ ਕਿੰਨੀਆਂ ਪਈਆਂ? ਇਸ ਵਾਰ ਸਾਨੂੰ ਪਈਆਂ ਸਾਰੀਆਂ 9700, ਮੇਰੇ ਖਿਆਲ 58 ਵੋਟਾਂ ਸਾਨੂੰ ਪਈਆਂ ਨੇ। ਫਿਰ ਤੁਸੀਂ ਇਹ ਮੰਨਦੇ ਵੀ ਜੇ ਬੂਥ ਵੀ ਜ਼ਿਆਦਾ ਲੱਗੇ ਪਰ ਵੋਟਾਂ ਘੱਟ ਗਈ, ਇਹ ਇਸ਼ੂ ਸਮਝ ਨਹੀਂ ਆ? ਹਾਂ, ਲੋਕਾਂ ਨੇ ਹਾਲੇ ਸਾਡੇ ਮੇਰੇ ਹਿਸਾਬ ਨਾਲ ਇਸ ਹਲਕੇ ਦੇ ਵਿੱਚ ਪ੍ਰੋਪਰ ਪੈਰ ਨਹੀਂ ਲੱਗੇ ਕਿਉਂਕਿ ਵੋਟ ਪ੍ਰਤੀਸ਼ਤ ਉਲਟਾ ਸਾਡੀ ਘਟੀ ਹੈ। ਵਿਧਾਨ ਸਭਾ ਦੇ ਵਿੱਚ ਜਿੰਨਾ ਸਾਡੇ ਕਮਲ ਦੇ ਨਿਸ਼ਾਨ ਨੂੰ, ਵਿਧਾਨ ਸਭਾ ਸੰਗਰੂਰ ਦੀ ਗੱਲ ਕਰੀਏ ਅਤੇ ਓਵਰਆਲ ਸਾਰੀਆਂ 9 ਵਿਧਾਨ ਸਭਾ ਦੇ ਵਿੱਚ ਸਾਡੀ ਪਰਫੋਰਮੈਂਸ ਐਜ਼ ਐਕਸਪੈਕਟੇਸ਼ਨ ਨਹੀਂ ਰਹੀ, ਜੇ ਸਾਨੂੰ ਆਸ ਵੀ ਅੱਛੀ ਸਾਨੂੰ ਵੋਟ ਪ੍ਰਤੀਸ਼ਤ ਮਿਲੂਗੀ। ਚਲੋ ਜੋ ਕੁਛ ਲੋਕਾਂ ਨੇ ਦਿੱਤਾ, ਇੱਕ ਆਵਾਜ਼ ਹੋਰ ਆ ਰਹੀ ਹੈ, ਆਵਾਜ਼ ਇਹ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਆਗੂ ਸੀਗੇ ਇਹ ਕੇਵਲ ਢਿੱਲੋਂ ਜੀ, ਵੀ ਇਹਨਾਂ ਨੂੰ ਟਿਕਟ ਦੇ ਕੇ ਜਿਹੜੀ ਵੋਟ ਘਟਣ ਦਾ ਵੀ ਕੋਈ ਕਾਰਨ ਰਿਹਾ ਇਸ ਤਰ੍ਹਾਂ ਦਾ? ਦੇਖੋ ਜੀ, ਨੈਚੁਰਲੀ ਇਹ ਫਰਕ ਪੈਂਦਾ, ਲੋਕ ਅੱਜ ਕੱਲ੍ਹ ਸਿਆਣੇ ਨੇ, ਬੱਚਾ ਬੱਚਾ ਸਿਆਣਾ। ਕਈ ਵਾਰ ਜਿਹੜੇ ਉੱਪਰ ਬੈਠੇ ਲੀਡਰ ਹੈ ਅਸੀਂ ਉਹ ਸੋਚਦੇ ਹਾਂ ਵੀ ਸ਼ਾਇਦ ਇਸ ਗਣਿਤ ਨੂੰ ਲੋਕ ਨਹੀਂ ਸਮਝਦੇ। ਮੰਨ ਲਓ ਕੇਵਲ ਢਿੱਲੋਂ ਜੀ ਨੇ 2019 ਦੇ ਵਿੱਚ ਜਿਹੜੀ ਇਲੈਕਸ਼ਨ ਲੜੀ ਸੀਗੀ ਲੋਕ ਸਭਾ ਦੀ, ਕਾਂਗਰਸ ਦੇ ਸਿੰਬਲ ਤੋਂ ਲੜੀ ਸੀ ਜੀ, ਅਤੇ ਉਦੋਂ ਇਹਨਾਂ ਨੂੰ 3 ਲੱਖ ਪਲੱਸ ਵੋਟ ਮਿਲੀ ਸੀ ਇਹਨਾਂ ਹੀ ਹਲਕਿਆਂ ਦੇ ਵਿੱਚੋਂ। ਪਰ ਦੁਬਾਰਾ ਪਤਾ ਨਹੀਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ, ਮੈਂ ਤਾਂ ਦੇਖੋ ਪਹਿਲਾਂ ਸ਼ੁਰੂ 'ਚ ਜਦੋਂ ਟਿਕਟ ਮਿਲੀ ਹੈ ਉਦੋਂ ਵੀ ਇਹਨਾਂ ਦਾ ਇੱਕ ਸਵਾਲ ਲਾਇਆ ਸੀਗਾ, ਮੈਨੇ ਆਪਣਾ ਮੇਰੇ ਵੱਲੋਂ ਇਹ ਸੀਗਾ ਵੀ ਪਤਾ ਨਹੀਂ ਸਾਡੀ ਪਾਰਟੀ ਕੀ ਸੋਚਦੀ ਹੈ, ਸਾਡੇ ਲੀਡਰਸ ਜਿਹੜੇ ਉੱਪਰ ਬੈਠੇ ਨੇ ਕਿਸ ਤਰੀਕੇ ਦੇ ਨਾਲ ਇਹ ਦੂਸਰੀਆਂ ਪਾਰਟੀਆਂ 'ਚੋਂ ਜਿਹੜੇ ਆਏ ਲੋਕ ਹੈ ਉਹਨਾਂ ਨੂੰ ਟਿਕਟ ਦੇ ਕੇ ਇਹਨਾਂ ਨੇ ਭੇਜਿਆ। ਲੋਕ ਇਹ ਕਹਿੰਦੇ ਸੀ ਵੀ ਜਿਹੜਾ ਕਬਾੜ ਮਾਲ ਹੈ ਬੀਜੇਪੀ ਇਕੱਠਾ ਕਰਨ ਲੱਗੀ, ਜਿੱਥੇ ਬੀਜੇਪੀ ਕਹਿੰਦੀ ਇੱਕ ਸਾਈਡ ਦਾ ਕਹਿੰਦੇ ਵੀ ਸਾਡੇ ਬਹੁਤ ਵਧੀਆ ਕੰਮ ਨੇ, ਫਿਰ ਇਹਨਾਂ ਨੂੰ ਕਬਾੜ ਚੱਕ ਕੇ ਕਬਾੜ ਨੂੰ ਸਥਾਪਿਤ ਕਰਨ ਦੀ ਕੀ ਲੋੜ ਪਈ ਮਾਰਕੀਟ 'ਚ? ਪਿੱਛੇ ਜੇ ਸਾਡੇ ਜਿਹੜੇ ਭਗਵੰਤ ਸਿੰਘ ਮਾਨ ਨੇ ਉਰੋਂ ਆਪਣੇ ਦੇ ਸੀਐਮ ਆ, ਮੈਂ ਉਹਨਾਂ ਦਾ ਵੀ ਬਿਆਨ ਸੁਣ ਰਿਹਾ ਸੀ, ਉਹ ਵੀ ਇਹ ਗੱਲ ਕਰ ਰਹੇ ਸੀ, ਕਹਿੰਦੇ ਵੀ ਜੀ ਬੀਜੇਪੀ ਪਾਰਟੀ ਦੇ ਵਿੱਚ ਇਹ ਸੈਂਟਰ 'ਚ ਲੋਕ ਜੁਆਇਨ ਕਰੀ ਜਾਂਦੇ ਨੇ, ਕਾਂਗਰਸ ਦੇ ਨੇ ਜਾਂ ਦੂਜੀਆਂ ਪਾਰਟੀਆਂ ਦੇ ਨੇ, ਸ਼ਾਇਦ ਕਿਸੇ ਡਰੋਂ ਕਰ ਰਹੇ ਨੇ ਜਾਂ ਕਿਵੇਂ ਕਰ ਰਹੇ ਨੇ, ਇਹਦੇ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਦਾ, ਪਰ ਮੇਰੇ ਖਿਆਲ ਹੈ ਵੀ ਪਬਲਿਕ ਜ਼ਿਆਦਾ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੀ। ਸਾਡਾ ਕਬਾੜ ਦਾ ਸਵਾਲ ਸੀ ਜੀ, ਮੈਂ ਦੇਖੋ ਕਿਸੇ 'ਤੇ ਨਿੱਜੀ ਟਿੱਪਣੀ ਨਹੀਂ ਕਰਦਾ ਕੌਣ ਬੰਦਾ ਕਿਵੇਂ, ਕਿਉਂਕਿ ਠੀਕ ਹੈ ਆਪਦੇ ਆਪਦੇ ਏਰੀਏ ਦੇ ਕਦਾਵਾਰ ਲੀਡਰ ਰਹੇ ਨੇ ਆਪਦੇ ਪਾਰਟੀਆਂ ਦੇ ਲੋਕ, ਠੀਕ ਹੈ ਵੀ ਹੁਣ ਬੀਜੇਪੀ ਦੇ ਵਿੱਚ ਆ ਕੇ ਇਹਨਾਂ ਦੀ ਅਸੈਪਟੇਬਿਲਿਟੀ ਸਮਾਜ 'ਚ ਮੇਰੇ ਖਿਆਲ ਨਹੀਂ ਹੋਈ। ਤੁਸੀਂ ਕਿਵੇਂ ਦੇਖਦੇ ਹੋ, ਇੱਕ ਦਿਨ ਜੁਆਇਨ ਕਰਨਾ ਦੂਜੇ ਦਿਨ ਟਿਕਟ ਦੇਣਾ, ਕੀ ਪਾਰਟੀ ਨੂੰ ਅਜੇ ਕੀ ਕਾਬਲੀਅਤ ਦਿਖੀ ਵੀ ਜਿਹੜੇ ਉਹਨੂੰ ਟਿਕਟ ਦੇ ਕੇ ਨਵਾਜੇ? ਮੈਂ ਤਾਂ ਦੋ ਗੱਲਾਂ ਕਹਿੰਦਾ ਵੀ ਪਹਿਲਾਂ ਤਾਂ ਸਾਡਾ ਦੇਖੋ ਅੱਜ ਜਿਹੜਾ ਫਤਵਾ ਲੋਕਾਂ ਨੇ ਦਿੱਤਾ ਉਹਦੇ ਲਈ ਮੈਂ ਸਾਡੇ ਮੁੱਖ ਮੰਤਰੀ ਆ ਜਿਹੜੇ ਪੰਜਾਬ ਦੇ ਭਗਵੰਤ ਸਿੰਘ ਮਾਨ, ਮੈਂ ਕਹਿੰਦਾ ਜੇ ਉਹਨਾਂ 'ਚ ਥੋੜ੍ਹੀ ਜਿਹੀ ਵੀ ਨੈਤਿਕਤਾ ਉਹ ਅਸਤੀਫਾ ਦੇਣ ਆਪਦੇ ਪਦ ਤੋਂ। ਆਮ ਆਦਮੀ ਪਾਰਟੀ ਦੇ ਸਾਡੇ ਇੱਥੇ ਵਿੱਤ ਮੰਤਰੀ ਨੇ ਚਰਪਾਲ ਚੀਮਾ ਜੀ, ਸਭ ਤੋਂ ਵੱਧ ਵੋਟ ਜਿਹੜੀ ਸਿਮਰਨਜੀਤ ਸਿੰਘ ਮਾਨ ਨੂੰ ਲੀਡ ਮਿਲੀ ਆ ਉਹ ਸਬਦਰਬੇ ਹਲਕੇ ਤੋਂ ਮਿਲੀ ਹੈ, ਮਲੇਰਕੋਟਲੇ ਹਲਕੇ ਤੋਂ ਮਿਲੀ ਹੈ। ਇਹਨਾਂ ਦੋ ਲੋਕਾਂ ਨੂੰ ਤਾਂ ਮੇਰੇ ਹਿਸਾਬ ਦੇ ਨਾਲ ਵੀ ਬਿਨਾਂ ਕਿਸੇ ਦੇਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਆਪਦੇ ਅਹੁਦੇ ਤੋਂ। ਆਮ ਆਦਮੀ ਪਾਰਟੀ ਦੇ ਮੂੰਹ 'ਤੇ ਇੱਕ ਕਰਾਰੀ ਚਪੇੜ ਲੋਕਾਂ ਨੇ ਮਾਰੀ ਹੈ, ਤੁਸੀਂ ਯਾਦ ਹੋਊਗਾ ਵੋਟਿੰਗ ਜਿੱਦਣ ਹੋਈ ਹੈ ਉਸ ਦਿਨ ਵੀ ਮੈਨੇ ਤੁਹਾਡੇ ਨਾਲ ਗੱਲਬਾਤ ਕਰਦੇ ਹੋਏ ਕਹੀ ਸੀ, ਸਭ ਲੋਕ ਕਹਿ ਰਹੇ ਸੀ ਵੀ ਕੰਮਾਂ 'ਚ ਨੇ ਜੀ ਲੋਕ ਇੱਧਰ ਗਏ ਨੇ ਜੀ ਤਾਂ ਵੋਟਿੰਗ ਪ੍ਰਤੀਸ਼ਤ ਘੱਟ ਹੈ, ਲੇਕਿਨ ਮੈਂ ਉਸ ਦਿਨ ਵੀ ਇਹੀ ਗੱਲ ਦਾਅਵੇ ਨਾਲ ਕਹੀ ਸੀ ਵੀ ਇਹ ਲੋਕਾਂ ਦਾ ਗੁੱਸਾ ਹੈ ਸਰਕਾਰ ਦੇ ਪ੍ਰਤੀ, ਇਹਨਾਂ ਦੀਆਂ ਨੀਤੀਆਂ ਦੇ ਪ੍ਰਤੀ, ਔਰ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਲੋਕਾਂ ਨਾਲ ਕੀ ਬਿਹੇਵ ਹੈ, ਉਹਦੇ ਕਾਰਨ ਇਹ ਸਾਰਾ ਜਿਹੜੀ ਵੋਟ ਪ੍ਰਤੀਸ਼ਤ ਹੈ ਇਹਨਾਂ ਦੇ ਵੋਟ ਇਹਨਾਂ ਦੇ ਉਲਟ ਭੁਗਤੀ ਹੈ। ਗੁੱਸਾ ਕੀ ਚੀਜ਼ ਹੈ ਜੀ, ਗੁੱਸਾ ਕੀ ਕੰਮਾਂ ਦਾ? ਇਹ ਜਿਵੇਂ ਵੀ ਲੋਕਾਂ ਨੂੰ ਇੱਕ ਐਕਸਪੈਕਟੇਸ਼ਨ ਸੀ, ਉਹਨਾਂ ਨੂੰ ਇੱਕ ਆਸ ਸੀ ਵੀ ਸਰਕਾਰ ਆਊਗੀ, ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਿਹੜੇ ਬਦਲਾਵ ਦਾ ਨਾਮ ਲੈ ਕੇ ਆਏ ਦੇ ਭਗਤ ਸਿੰਘ ਜੀ ਦਾ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਇਹ ਅੱਗੇ ਰੱਖਦੇ ਨੇ, ਕੀ ਕਦੇ ਭਗਤ ਸਿੰਘ ਜੀ ਨੇ ਸੋਚਿਆ ਸੀ ਵੀ ਮੇਰੇ ਪੰਜਾਬ ਦੇ ਵਿੱਚ ਜਿਹੜੀ ਪਾਰਟੀ ਮੇਰਾ ਨਾਂ ਲੈ ਕੇ ਆ ਰਹੀ ਹੈ ਉਹ ਸ਼ਰਾਬ ਸਸਤੀ ਕਰੂਗੀ ਜਿਹੜੀ ਇਹਨਾਂ ਨੇ ਲੋਕਾਂ ਨੂੰ ਦਿੱਤੀ ਹੈ ਸਸਤੀ ਕਰਕੇ? ਸ਼ਰਾਬ ਇਨਕਲਾਬ ਦੇ ਨਾਲ ਕਿਤੇ ਜੁੜਦੀ ਹੈ? ਕਦੇ ਉਹਨਾਂ ਦੇ ਸੁਪਨਾ ਸੀਗਾ ਸਰਦਾਰ ਭਗਤ ਸਿੰਘ ਜੀ? ਤੁਸੀਂ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ, ਸਾਡੇ ਸ਼ਹੀਦ ਭਗਤ ਸਿੰਘ ਚੌਂਕ ਹੈ ਭਵਾਨੀਗੜ੍ਹ ਦਾ, ਜੇ ਅਸੀਂ ਕਹੀਏ ਭਗਤ ਸਿੰਘ ਦੇ ਚੌਂਕ ਦੇ ਇੱਕ ਲਾਈਟ ਨਹੀਂ ਲੱਗੀ ਹੋਈ, ਜੋ ਤੁਸੀਂ ਪਾਰਕ ਜਾ ਕੇ ਦੇਖੋ ਉਹ ਜਗ੍ਹਾ ਦੇ ਵਿੱਚ
फिर असीं साडे शहीदां कित्थों याद करदे जी चीज़ां नाल। मैं बार बार यही गल कहना जी, तुसीं जाके देखो भी जदों कोई गल हुंदी है सारे आम आदमी पार्टी वाले लीडर साहिबान उत्थे पहुँच जांदे ने, उस चौंक दे विच आपदे प्रोग्राम भी करदे ने। उन्हां शहीदां दे नां दा मेरे ख्याल है कितने ना कितने ये मिसयूज़ करदे ने, पर लेकिन जिहड़ी उन्हां दी सोच थी वह एक मतलब अच्छा उन्नत सूबा या वधिया सूबा थी, वह नशे के आधार पर बनने वाला सूबा थोड़ी सी, इन्हां थोड़ा जिहा विचार करना पऊगा। थोनू किवें लगता है भी जिहड़ी आम आदमी पार्टी के एम पी दो बार बने होने के बजाय बार हार जाते हैं और मौजूदा सरकार है, तुसीं इन्हां नूं किवें सोचदे हो वी की मंथन होना चाहिए आम आदमी पार्टी का? आम आदमी पार्टी ने जिहड़ियां आसां जगा के यह सरकार बना के लोग आए सी, ये रवायती पार्टियां दे मांगू लोगों नूं मतलब वध धोखा दिता इन्हां ने आके, तो लोगों की आस टुटी। और तुम देखते हो आने वाले टाइम के होर भी ज़्यादा बुरा हाल होना। यह कहते हैं तीन महीने पहला भी साढ़े कैंडीडेट कोई भी वोट नहीं मंगने, पर 60-70 MLA भवानीगढ़ शहर के कली कली गली फिर नजर आते। 60-70 नहीं जी, टोटल MLA की ड्यूटी लगी हुई थी, सारे गली गली इतने फिर रहे थे, पर मेरा ख्याल है लोगों ने मूँह नहीं लाया। अच्छा, भाजपा की वोट घटन का कारण की चीज़ में मानते हैं? देखो जी, भाजपा की वोट ना घटी ना वधी उहदा कारण की है, जिवें आपां पहले चलो संगरूर हल्के की गल की है, क्योंकि सारे हल्कों के असी कमल के निशान से इलैक्शन नहीं लड़ी, 9 विधानसभा हल्के ने साढ़े लोग सभा हल्के च, लेकिन मैं पर्टिकुलरली संगरूर की गल मैं यह कहना क्योंकि असी साडी हाई कमांड उहदे तजर्बे कर रही है भी बाहरलियां पार्टियां के लीडर अरविंद खन्ना जी ने वह भी बाहरों आए थे, उन्होंने भी बड़ी यही सी भी शायद मैं बहुत बड़ी लीड दे दूंगा 50,000 वोट के उपर ले दूंगा, असी तो उदो भी शॉक्ड सीगे, पर हूँ तो होर भी ज़्यादा वड्डी गल हो गई भी आपकी जी 13-14,000 वोट उन्होंने पई थी, उन्होंने भी मेनटेन रखने के कामयाब नहीं हो। अरविंद खन्ना अश्विनी शर्मा जी आए थोड़े BJP के बदावर नेता से कही सेंटर मिनिस्ट्री तक के लोग आए, वोट बराब गिर रहा है, बंदा हार जाता जवान जब्त हो जाती है, इस बारे कि महसूस जी साड़ी भारतीय जनता पार्टी की टीम है श्री अश्विनी शर्मा जी ने जो उन्होंने टीम है, अगर अच्छ जित होंगी तो श्रेय भी उन्होंने मिलता, अगर अच्छ हार हुई है तो उन्होंने भी हार स्वीकार करते हुए आपकी जिम्मेवारी निभानी चाहिए है। ये गल मैं ज़्यादा स्पष्ट नहीं कह सकता, पर तुम समझते हो मैं कि असं कहने भी अश्विनी शर्मा जी तुम दूजिया पार्टी तो अस्तीफा मांगते हैं कि अश्विनी शर्मा पंजाब प्रधान अस्तीफा नहीं देना चाहिए चीज़ की? मैं कहना भी उनकी टीम है अगर जितती तो उन्होंने श्रेय मिलता, अज पार्टी की बुरी हार हुई है बुरी तरह, तो वो खुद ही सियाने ने उन्होंने इस गल बारे विचार करना चाहिए भी क्यों हारी है, उन्होंने लीडरशिप हारी है। तुम किवें सोचते हो जिवें आने वाला टाइम है 1.5 साल साडा 2024 इलैक्शन होनी है, 13 MP इतों जाने ने, मैं तो सिर्फ यही गल कह रहा भी साड़ी जी हाईकमांड है भारतीय जनता पार्टी की दिल्ली की भी और पंजाब के भी जोड़े लोग ने जी साड़ी टीम है भारतीय जनता पार्टी की, वह चंगी तरह लोगों की आवाज़ न लोगों दावनावान समझन और समझते हुए अगर टिकट का वितरण हो साड़ी पार्टी BJP पैर लाऊगी, तो नहीं बड़ा मुश्किल हो जाए। जो हशर हो रहा है अज होया भाजपा का हशर, की यह आवाज़ केंद्र के उन्होंने आगू तक पहुँचूगी या नहीं पहुँचूगी? देखो जी 100% जाऊगी, हर सर्वे जाता उन्होंने कोले, और मेरा ख्याल है जी साड़ी दिल्ली की लीडरशिप है जां उरे दे जिहड़े इंचार्ज लोग लगे सीगे ते वो सारी ये फीडबैक देणगे, क्योंकि साढ़े जिहड़े जमीनी जमीन नाल जुड़े हुए लोग लगे हुए ने 20-25 सालों तो, अगर उन्होंने नुमाइंदियां दे के अगे लैके आउणगे तो मेरे ख्याल इन्हां दी एक्सेप्टेबिलिटी इन्हां लोगों नाल ज़्यादा हो सकती है, इन फ्यूचर पार्टी ने सोचना पड़ेगा जी। थैंक यू।